ਸਰਕਾਰ ਤੁਹਾਡੇ ਬੱਚਿਆਂ ਦੀ ਸੁਰੱਖਿਆ ਚਾਹੁੰਦੀ ਹੈ, ਲੇਕਿਨ ਤੁਸੀਂ ਆਪਣੇ ਬੱਚਿਆਂ ਦੀ ਜਾਨ ਜੋਖਮ ਵਿੱਚ ਪਾ ਰਹੇ ਹੋ। ਕਾਨੂੰਨ ਤੇ ਪ੍ਰਸ਼ਾਸਨਿਕ ਹੁਕਮਾਂ ਮੁਤਾਬਕ ਨਾਬਾਲਗ ਬੱਚਿਆਂ ਨੂੰ 50 cc ਤੋਂ ਵੱਧ ਦੇ 2-ਪਹੀਆ ਵਾਹਨ ਚਲਾਉਣ ਦੀ ਇਜਾਜ਼ਤ ਨਹੀਂ ਹੈ। ਇਸ ਸੰਬੰਧੀ ਪ੍ਰਸ਼ਾਸਨ ਵੱਲੋਂ ਸਭ ਨੂੰ ਸੁਚੇਤ ਵੀ ਕੀਤਾ ਗਿਆ ਹੈ, ਲੇਕਿਨ ਫਿਰ ਵੀ ਲੋਕ ਬਾਜ਼ ਨਹੀਂ ਆ ਰਹੇ। ਤਸਵੀਰਾਂ ਅੰਮ੍ਰਿਤਸਰ ਦੀਆਂ ਨੇ, ਜਿੱਥੇ ਟ੍ਰੈਫਿਕ ਪੁਲਿਸ ਨੇ GT ਰੋਡ ਤੇ ਨਾਕੇਬੰਦੀ ਕਰਕੇ ਸਕੂਲ ਤੋਂ ਆਉਣ ਵਾਲੇ ਵਿਦਿਆਰਥੀਆਂ ਨੂੰ ਰੋਕ ਕੇ ਚੈਕਿੰਗ ਕੀਤੀ ਤੇ ਜਿਨ੍ਹਾਂ ਵਿਦਿਆਰਥੀਆਂ ਦੇ ਕੋਲ 50 cc ਤੋਂ ਵੱਧ ਦੇ 2-ਪਹੀਆ ਵਾਹਨ ਸਨ ਉਹਨਾਂ ਦੇ ਚਲਾਨ ਕੀਤੇ ਗਏ ਨੇ। ਹਾਲਾਂਕਿ ਇਸ ਦੌਰਾਨ ਬੱਚਿਆਂ ਨੇ ਪੁਲਿਸ ਤੋਂ ਬਚਣ ਦੇ ਲਈ ਆਪਣੇ ਵਾਹਨ ਪ੍ਰਾਈਵੇਟ ਪਾਰਕਿੰਗ ਦੇ ਵਿੱਚ ਜਾ ਖੜੇ ਕੀਤੇ, ਲੇਕਿਨ ਪੁਲਿਸ ਵੀ ਮੁਸਤੈਦ ਸੀ, ਜਿਸ ਦੇ ਵੱਲੋਂ ਬੱਚਿਆਂ ਦੇ ਉੱਪਰ ਪੈਣੀ ਨਜ਼ਰ ਰੱਖੀ ਗਈ ਤੇ ਜੋ ਵੀ ਨਾਬਾਲਗ ਬੱਚਾ ਵੱਡੇ 2-ਪਹੀਆ ਵਾਹਨ ਦੇ ਨਾਲ ਪਾਇਆ ਗਿਆ ਉਸ ਦਾ ਚਲਾਨ ਕੀਤਾ ਗਿਆ। ADCP ਟ੍ਰੈਫਿਕ ਪੁਲਿਸ ਹਰਪਾਲ ਸਿੰਘ ਨੇ ਇਸ ਬਾਰੇ ਜਾਣਕਾਰੀ ਦਿੱਤੀ ਹੈ। ਜਿਹੜੀ ਮੋਟਰ ਵਹੀਕਲ ਐਕਟ ਦੇ ਤਹਿਤ ਜਿਹੜੀ ਸੋਧ ਕੀਤੀ ਉਹਦੇ ਵਿੱਚ 18 ਸਾਲ ਤੋਂ ਛੋਟੀ ਏਜ ਦਾ ਬੱਚਾ ਕੋਈ ਵੀ ਜਿਹੜਾ ਵਾ ਉਹ 4-ਵੀਲਰ ਅਤੇ 2-ਵੀਲਰ ਨਹੀਂ ਚਲਾ ਸਕਦਾ, ਲੇਕਿਨ 16 ਸਾਲ ਤੋਂ 18 ਸਾਲ ਦਾ ਬੱਚਾ 50 cc ਦੀ ਜਿਹੜੀ ਆ ਮੋਪੇਡ ਵਗੈਰਾ ਜਿਹੜੀ ਵਿਦਆਊਟ ਗੇਅਰ ਆ ਉਹ ਚਲਾ ਸਕਦਾ ਵਾ। ਜਿਹੜਾ ਜਿੰਨੇ ਕੇਸ ਕੱਟੇ ਹੋਏ ਨੇ ਉਹ ਹੈਲਮਟ ਪਾ ਕੇ, ਜਿਹੜਾ ਸਰਦਾਰ ਆ ਉਹ ਪਗੜੀ ਬੰਨ ਕੇ, 50 cc ਜਿਹੜਾ 16 ਤੋਂ 18 ਸਾਲ ਜਿਹੜਾ ਲਾਈਸੈਂਸ ਬਣਾਏਗਾ ਲਰਨਿੰਗ ਉਹਦੇ ਤਹਿਤ ਉਹ ਚਲਾ ਸਕਦਾ। ਇਹ ਸਕੂਲਾਂ ਨੇ ਵੀ ਜਿਹੜੇ ਉਹ ਵਹੀਕਲ ਜਿਹੜੇ ਆ ਬੱਚਿਆਂ ਦੇ ਆਪਣੀ ਪਾਰਕਿੰਗ 'ਚ ਨਹੀਂ ਲਾਉਂਦੇ, ਸਕੂਲਾਂ ਨੇ ਮਨ੍ਹਾ ਕਰਤਾ ਬੱਚਿਆਂ ਨੂੰ ਵੀ ਜਿਨ੍ਹਾਂ ਦੀ ਏਜ ਨਹੀਂ ਹੈਗੀ। ਲੇਕਿਨ ਕਈ ਬੱਚੇ ਜਿਹੜੇ ਆ ਉਹ ਹੋਰ ਜਗ੍ਹਾ ਬਾਹਰ ਪ੍ਰਾਈਵੇਟ ਪਾਰਕਿੰਗਾਂ ਜਿਹੜੀਆਂ ਸਕੂਲਾਂ ਦੇ ਵਿੱਚ ਉੱਥੇ ਆਪਣੇ ਵਹੀਕਲ ਪਾਰਕ ਕਰਕੇ ਆਉਂਦੇ ਆ, ਅੱਜ ਅਸੀਂ ਉਹਨਾਂ ਪਾਰਕਿੰਗਾਂ ਲਾਗੇ ਨਾਕੇ ਲਾਏ ਆ, ਜਿਹੜੇ ਹੁਣ ਅਜੇ ਬੱਚੇ ਦੇਖੋ ਖੜ੍ਹੇ ਨੇ, ਇਹ ਬੱਚੇ ਅਜੇ ਕੱਢ ਨਹੀਂ ਰਹੇ, ਇਹਨਾਂ ਦੇ ਵਹੀਕਲ ਅੰਦਰ ਖੜ੍ਹੇ ਆ, ਇਹਨਾਂ ਨੂੰ ਪਤਾ ਇਹਨਾਂ ਨੇ ਹੁਣ ਅਸੀਂ ਵੀ ਖੜ੍ਹੇ ਹਾਂ ਕਿੰਨਾ ਕੁ ਚਿਰ ਖੜ੍ਹੇ ਰਹਿਣਗੇ, ਇਹ ਆਪੋ ਲੇਟ ਹੋਣਗੇ ਆਪਣੇ ਪੇਰੈਂਟਸ ਨੂੰ ਬੁਲਾਉਣਗੇ। ਇਹ ਜਿਹੜੀ ਆ ਇਹਨਾਂ ਦੇ ਮਾਂ ਪਿਓ ਨੂੰ ਸਮਝਣ ਦੀ ਲੋੜ ਆ ਕਿ ਇਹ ਜਿਹੜੇ ਆ ਬੱਚਿਆਂ ਦੀ ਭਲਾਈ ਵਾਸਤੇ ਆ, ਇਹ ਕੋਈ ਸਾਡੀ ਭਲਾਈ ਨਹੀਂ, ਇਹਨੇ ਬੱਚਿਆਂ ਦੀ ਲਾਈਫ ਵਾਸਤੇ ਆ, ਇਹ ਜਿਹੜਾ ਕਾਨੂੰਨ ਬਣਿਆ ਬੱਚਿਆਂ ਦੀ ਲਾਈਫ ਵਾਸਤੇ ਬਣਿਆ। ਆਹ ਡੱਕੀ ਕਾਕਾ ਕੀਤਾ ਗਿਆ ਸੀ ਸਕੂਲਾਂ ਦੇ ਵਿੱਚ, ਸੈਮੀਨਾਰ ਵੀ ਕੀਤੇ ਗਏ ਸੀ, ਉਹਦਾ ਕਿੰਨਾ ਕੁ ਫਾਇਦਾ ਮਿਲਿਆ? ਨਹੀਂ ਜੀ, ਉਹਨਾਂ ਦਾ ਬਹੁਤ ਸਾਰੇ ਸਕੂਲਾਂ 'ਚ ਫਾਇਦਾ ਮਿਲਿਆ ਵਾ। ਇਸ ਸਕੂਲ ਦੇ ਵਿੱਚ ਸਾਡੇ ਦਲਜੀਤ ਸਿੰਘ ਜੀ ਸੈਮੀਨਾਰ ਲਾਇਆ ਸੀ, ਜੋ ਪ੍ਰਿੰਸੀਪਲ ਸਾਹਿਬ ਨੇ ਕਿਹਾ ਸੀ ਅਸੀਂ ਸਾਰੇ ਬੱਚਿਆਂ ਨੂੰ ਅਗਾਹ ਕਰ ਦਿੱਤਾ ਵਾ। ਇਹਨਾਂ ਨੇ ਆਪਣੀ ਹੁਣ ਪਾਰਕਿੰਗ ਦੇ ਵਿੱਚ ਕੱਲ੍ਹ ਦਾ ਪਹਿਲਾਂ ਇਹਨਾਂ ਨੇ ਅਲਾਓ ਕੀਤੇ ਸੀ ਜਿਹੜੇ ਬੱਚੇ ਐਕਟ ਵਾਲੇ, ਕੱਲ੍ਹ ਦਾ ਜਦੋਂ ਅਸੀਂ ਇਹਨਾਂ ਨੂੰ ਦੱਸਿਆ ਵਾ, ਇਹਨਾਂ ਨੇ ਅੱਜ ਆਪਣੇ ਬੱਚੇ ਐਕਟ ਵਾਲੇ ਵੀ ਜਿਹੜੇ ਅਲਾਓ ਨਹੀਂ ਕੀਤੇ, ਮਨ੍ਹਾ ਕਰ ਦਿੱਤੇ ਆ। ਹੁਣ ਇਹ ਜਿੰਨੇ ਬੱਚੇ ਵੇਖੋ ਤੁਰ ਕੇ ਆ ਰਹੇ ਆ ਨਾ, ਇਹਨਾਂ ਨੇ ਬਾਹਰ ਪਾਰਕਿੰਗਾਂ 'ਚ ਮੋਟਰਸਾਈਕਲ ਲਾਏ, ਇਸ ਕਰਕੇ ਅੱਜ ਇਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਣ। ਨਹੀਂ ਜੀ, ਪੇਰੈਂਟਸ ਨੂੰ ਸਾਰਾ ਕੁਝ ਪਤਾ ਜੀ, ਇਹ ਸਾਰਾ ਕੁਝ ਪਤਾ ਵਾ, ਇਹਨਾਂ ਨੂੰ ਦੱਸਿਆ ਵੇਖੋ ਰੋਜ਼ ਪੇਪਰਾਂ 'ਚ ਆ ਰਿਹਾ, ਚੈਨਲਾਂ 'ਤੇ ਆ ਰਿਹਾ ਸਾਰਾ ਕੁਝ, ਲੇਕਿਨ ਆਹ ਦੇਖੋ ਆਹ ਪਾਰਕਿੰਗ ਦੇ ਬਾਹਰ ਖੜ੍ਹੇ ਆ, ਇਹ ਤੁਸੀਂ ਕੈਮਰੇ ਦੇਖੋ, ਪਾਰਕਿੰਗਾਂ ਦੇ ਬਾਹਰ ਸਕੂਲ ਦੇ ਬੱਚੇ ਯੂਨੀਫਾਰਮ ਪਾ ਰਹੇ, ਇਸ ਕਰਕੇ ਖੜ੍ਹੇ ਆ ਕਿ ਇਹਨਾਂ ਨੇ ਚੋਰੀ ਮੋਟਰਸਾਈਕਲ ਉੱਤੇ ਪਾਰਕ ਕੀਤੇ, ਔਰ ਇਹਨਾਂ ਸਾਰਿਆਂ ਦੇ ਚਲਾਨ ਕੀਤੇ ਜਾਣਗੇ, ਔਰ ਇਹਨਾਂ ਨੂੰ ਜਦੋਂ ਭਾਰੀ ਜੁਰਮਾਨਾ ਕਰਨਾ ਹੋਏਗਾ ਫਿਰ ਇਹਨਾਂ ਨੂੰ ਸਮਝ ਆਏਗੀ। ਹਾਂਜੀ, ਕਾਰਵਾਈ ਹੋਏਗੀ ਜੀ, 25,000 ਰੁਪਇਆ ਜੁਰਮਾਨਾ ਅਤੇ ਨਾਲ ਕੈਦ ਵੀ ਹੋਏਗੀ। ਨਹੀਂ ਜੀ, ਸਿਫਾਰਿਸ਼ ਨਹੀਂ, ਉਹਦੇ ਪੇਰੈਂਟਸ ਕਈ ਜਿਹੜੇ ਆ ਕਈ ਜਿਹੜੇ ਡਰਾਈਵਿੰਗ ਲਾਈਸੈਂਸ ਬਣਾ ਰਹੇ ਨਾ ਉਹਨਾਂ ਨੂੰ ਮਿਸਗਾਈਡ ਕਰ ਰਹੇ, ਤੁਸੀਂ ਐਕਟਿਵਾ ਚਲਾ ਸਕਦੇ ਜੋ, ਉਹ ਗਲਤ ਕਰ ਰਹੇ ਆ, ਉਹਨਾਂ ਬਾਰੇ ਵੀ ਅਸੀਂ ਪਤਾ ਕਰ ਰਹੇ ਹਾਂ। ਜਿਹੜੇ ਬੱਚੇ ਇਹਨੂੰ ਗਲਤ ਗਾਈਡ ਕਰਕੇ ਗਲਤ ਲਾਈਸੈਂਸ ਬਣਾਉਂਦੇ ਆ
ਉਹਨਾਂ ਦੇ ਖਿਲਾਫ ਕਾਰਵਾਈ ਕਰਾਂਗੇ। ਉੱਥੇ ਹੀ ਵਿਧਾਇਕ ਇੰਦਰਬੀਰ ਸਿੰਘ ਨਿੱਜਰ ਨੇ ਲੋਕਾਂ ਨੂੰ ਮੁੜ ਤੋਂ ਅਪੀਲ ਕੀਤੀ ਹੈ ਕਿ ਛੋਟੇ ਬੱਚਿਆਂ ਦੇ ਹੱਥ ਵੱਡੇ ਵੱਡੇ ਵਾਹਨ ਦੇ ਕੇ ਉਹਨਾਂ ਦੀ ਜਾਨ ਜੋਖਮ ਵਿੱਚ ਨਾ ਪਾਓ। ਮੈਂ ਤੇ ਸਿਰਫ ਇਹ ਰਿਕੁਐਸਟ ਕਰਨੀ ਸੀ ਕਿ ਜਿਵੇਂ ਹੋਰ ਸਕੂਲ ਹੈਗੇ ਜਿਵੇਂ DAV ਵੀ ਹੈ, ਸਪ੍ਰਿੰਗ ਡੇਲਸ ਵੀ ਹੈ, ਸਾਰੇ ਚ ਆਪਾਂ ਵਾਰੀ ਵਾਰੀ ਕਰਕੇ ਤੇ ਸਾਰੇ ਚ ਕਰੀਏ। ਹਾਂਜੀ, ਕੋਈ ਸਿੰਗਲ ਆਊਟ ਨਾ। ਮੈਂ ਮਾਪਿਆਂ ਨੂੰ ਇਸੇ ਗੱਲ ਦੀ ਅਪੀਲ ਕਰਨੀ ਹੈ ਕਿ ਇਹ ਸਾਨੂੰ ਸਰਕਾਰ ਨੂੰ ਇਸ ਗੱਲ ਦਾ ਕੋਈ ਫਾਇਦਾ ਨਹੀਂ ਗਾ, ਇਸ ਨੂੰ ਸਕੂਲ ਦੀ ਐਡਮਿਨਿਸਟ੍ਰੇਸ਼ਨ ਨੂੰ ਇਸ ਗੱਲ ਦਾ ਕੋਈ ਫਾਇਦਾ ਨਹੀਂ ਗਾ, ਇਹ ਬੱਚਿਆਂ ਦੇ ਫਾਇਦੇ ਵਾਸਤੇ ਗੱਲ ਹੋ ਰਹੀ ਹੈ। ਸੋ ਇਸ ਗੱਲ ਨੂੰ ਪੋਜ਼ਿਟਿਵ ਲਓ, ਇਸ ਗੱਲ ਨੂੰ ਇਹ ਨਾ ਕਹੋ ਕਿ ਅਸੀਂ ਕੋਈ ਇਹਨਾਂ 'ਤੇ ਗੱਲ ਠੂਸ ਰਹੇ ਹਾਂ। ਬੱਚੇ ਛੋਟੇ ਹੁੰਦੇ ਆ, ਬੱਚਿਆਂ ਦੀ ਸਮਝ ਘੱਟ ਹੁੰਦੀ ਹੈ, ਤਾਂ ਹੀ ਤਾਂ ਕਹਿੰਦਾ 18 ਸਾਲ ਨੂੰ ਜਾ ਕੇ ਲਾਇਸੈਂਸ ਮਿਲੇਗਾ। 14 ਸਾਲ ਦਾ ਬੱਚਾ ਜਿੰਨਾ ਮਰਜ਼ੀ ਚੰਗਾ ਸਕੂਟਰ ਮੋਟਰਸਾਈਕਲ ਕਾਰ ਚਲਾਉਂਦਾ ਹੋਵੇ, ਲੇਕਿਨ ਸਮਝ ਪੂਰੀ ਡਿਵੈਲਪ ਨਹੀਂ ਹੋਈ ਹੁੰਦੀ, ਰਿਐਕਟ ਸਿਚੁਏਸ਼ਨ ਨੂੰ ਰਿਐਕਟ ਕਰਨਾ ਔਖਾ ਹੁੰਦਾ ਹੈ। ਇਸ ਕਰਕੇ ਹੱਥ ਜੋੜ ਕੇ ਮੇਰੀ ਮਾਂ ਪਿਓ ਅੱਗੇ ਬੇਨਤੀ ਹੈ ਕਿ ਆਪਾਂ ਬਿਨਾਂ ਗੱਲ ਦੇ ਕਾਨੂੰਨ ਨਾ ਤੋੜੀਏ। ਬਹੁਤ ਚਾ ਕਾਨੂੰਨ ਹੈ, ਕੰਟਰੋਲ 'ਚ ਰਹੇਗਾ, ਮਾਂ ਪਿਓ ਦੇ ਅਸੀਂ ਕੰਮ ਸੌਖਾ ਵੀ ਕਰਤਾ ਹੈ। ਅੱਗੇ ਬੱਚੇ ਮਾਂ ਪਿਓ ਦੇ ਜਿਹਨੂੰ ਕਹਿੰਦੇ ਨਾ ਗਲਤ ਅੰਗੂਠਾ ਦੇ ਕੇ ਗੱਡੀ ਲੈਂਦੇ ਸੀ ਕਿ ਨਹੀਂ ਸਾਨੂੰ ਸਕੂਟਰ ਲੈ ਕੇ ਦਿਓ, ਮੋਟਰਸਾਈਕਲ ਲੈ ਕੇ ਦਿਓ, ਉਹਦਾ ਕੰਮ ਸੌਖਾ ਹੋ ਗਿਆ, ਉਹ ਕਹਿ ਸਕਦੇ ਕਿ ਕਾਨੂੰਨ ਹੈ ਅਸੀਂ ਨਹੀਂ ਲੈ ਕੇ ਦੇ ਸਕਦੇ। ਸੋ ਇਸ ਕਰਕੇ ਬਹੁਤ ਚੰਗਾ ਉਪਰਾਲਾ ਹੈ ਇਹ ਗਵਰਨਮੈਂਟ ਦਾ, ਔਰ ਇਹਨੂੰ ਇਹ ਗਲਤ ਗੱਲ ਹੈ, ਕਿਉਂਕਿ ਇੱਕ ਤਾਂ ਗੈਰ ਕਾਨੂੰਨੀ ਗੱਲ ਹੈ, ਦੂਜੀ ਗੱਲ ਹੈ ਮੁੜ ਕੇ ਬਾਹਰੋਂ ਚੋਰੀ ਹੋਏ ਤਾਂ ਮੁੜ ਕੇ ਫਿਰ ਉਸ ਪੁਲਿਸ ਦਾ ਕੰਮ ਵੱਧਦਾ। ਸੋ ਇਸ ਕਰਕੇ ਗਲਤ ਹੈ, ਟੋਟਲੀ ਗਲਤ ਹੈ, ਇਹਨਾਂ ਨੂੰ ਅਲਟਰਨੇਟਿਵ ਅਰੇਂਜਮੈਂਟ ਕਰਨੇ ਚਾਹੀਦੇ ਆ। ਪੇਰੈਂਟਸ ਨੂੰ ਚਾਹੀਦਾ ਹੈ ਕਿ ਆਪ ਛੱਡ ਕੇ ਜਾਣ, ਜਾਂ ਬੱਚਿਆਂ ਨੂੰ ਗੇਅਰਲੈਸ 16 ਸਾਲ ਤੋਂ ਉੱਪਰ ਲਰਨਿੰਗ ਲਾਇਸੈਂਸ ਵਾਲਿਆਂ ਨੂੰ ਗੇਅਰਲੈਸ ਸਕੂਟਰ ਲੈ ਕੇ ਦੇਣ। ਥੈਂਕ ਯੂ ਜੀ।